ਸਲਾਮ ਅਲੈਕੁਮ ਦੋਸਤੋ, ਮੈਂ ਮੁਹੰਮਦ ਹਦੀਦ ਅਤੇ ਤੁਸੀਂ ਦੇਖ ਰਹੇ ਹੋ ਡੀ ਵਲੌਗ। ਉਮੀਦ ਕਰਦਾ ਕਿ ਮੇਰੇ ਸਭ ਦੋਸਤ ਖੈਰੀਅਤ ਨਾਲ ਹੋਣਗੇ ਜੀ। ਦੋਸਤੋ, ਅੱਜ ਫਿਰ ਬਾਹਰ ਨਿਕਲੇ ਸੀ ਫਸਲਾਂ ਵਾਲੀ ਸਾਈਡ ਨੂੰ, ਅਤੇ ਤਿੱਤਰ ਦੇ ਬੱਚੇ ਨੂੰ ਚੋਗਾ ਖਵਾ ਰਿਹਾ ਸੀਗਾ ਦੋਸਤ, ਅਤੇ ਉਹਦੇ ਨਾਲ ਆਏ ਹਾਂ। ਅਤੇ ਮਾਸ਼ਾਅੱਲਾ ਬਹੁਤ ਪਿਆਰਾ ਵਿਊ ਆ ਬਾਹਰ ਦਾ। ਮੌਸਮ ਹੁਣ ਸ਼ਾਮ ਟਾਈਮ ਬਹੁਤ ਜ਼ਬਰਦਸਤ ਹੋ ਗਿਆ, ਅਤੇ ਦਿਨੇ ਬਹੁਤ ਜ਼ਿਆਦਾ ਗਰਮੀ ਸੀ, ਇਸ ਵਜ੍ਹਾ ਤੋਂ ਵੀਡੀਓ ਨਹੀਂ ਬਣ ਸਕੀ ਜੀ। ਅਤੇ ਦੋਸਤੋ, ਉਮੀਦ ਕਰਦਾ ਕਿ ਮੇਰੇ ਸਭ ਦੋਸਤ ਖੈਰੀਅਤ ਨਾਲ ਹੋਣਗੇ। ਜਿਹੜੇ ਦੋਸਤ ਸਾਡੇ ਚੈਨਲ 'ਤੇ ਨਵੇਂ ਆ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲੈਣਾ ਜੀ। ਦੋਸਤੋ, ਇਹ ਤਿੱਤਰ ਦੇ ਬੱਚੇ ਚੁੱਗ ਕੇ ਅਤੇ ਹੁਣ ਪਿੰਜਰੇ ਦੇ ਵਿੱਚ ਆ ਰਹੇ ਵਾ। ਬਹੁਤ ਖੂਬਸੂਰਤ ਬੱਚੇ ਆ ਮਾਸ਼ਾਅੱਲਾ। ਦੋਸਤੋ, ਇਹ ਸਾਨੂੰ ਇਹਨਾਂ ਦੀ ਨਸਲ ਦਾ ਨਹੀਂ ਪਤਾ, ਕਮੈਂਟ ਕਰਕੇ ਜ਼ਰੂਰ ਦੱਸਣਾ। ਜਿਹੜਾ ਭਾਈ ਇਹਨਾਂ ਬਾਰੇ ਦੋਸਤ ਜਾਣਦਾ ਹੋਵੇ ਉਹ ਕਮੈਂਟ ਕਰਕੇ ਜ਼ਰੂਰ ਦੱਸੇ ਕਿ ਕਿਹੜੀ ਨਸਲ ਵਾ, ਕਿਉਂਕਿ ਅਸੀਂ ਤਾਂ ਹਜੇ ਨਵੇਂ ਰੱਖੇ ਵਾ। ਅਤੇ ਇਹਨਾਂ ਬੱਚਿਆਂ ਨੂੰ ਕਿਹੜੀ ਕਿਹੜੀ ਦਵਾਈ ਇਸਤੇਮਾਲ ਕਰਨੀ ਚਾਹੀਦੀ ਇਹਨਾਂ ਨੇ ਸਹੀ ਸਿਹਤ ਵਾਸਤੇ, ਤਾਂ ਕਿ ਇਹਨਾਂ ਨੂੰ ਬਿਮਾਰੀ ਨਾ ਲੱਗੇ, ਉਹ ਵੀ ਜ਼ਰੂਰ ਦੱਸਿਓ। ਖੋ ਜਿਹਾ ਰਹਿੰਦਾ ਹਾ ਪਿੰਜਰਾ ਜਿਹਾ। ਹੁਣ ਹੋ ਚੁੱਕੀ ਆ ਸ਼ਾਮ ਕਾਫੀ, ਅਤੇ ਹੁਣ ਇਹਨਾਂ ਨੂੰ ਲੈ ਕੇ ਜਾਂਦੇ ਹਾਂ ਘਰ, ਕਿਉਂਕਿ ਇਹਨਾਂ ਨੇ ਕਾਫੀ ਫੇਰ ਤੋਰ ਲਿਆ। ਹਜੇ ਬੋਲਦੇ ਨੀਗੇ ਕਿਉਂਕਿ ਹਜੇ ਬੱਚੇ ਹੈ। ਇੱਕ ਨਹੀਂ ਜਾ ਰਿਹਾ ਅੰਦਰ, ਦੋਸਤੋ ਹੁਣ ਇਹਨਾਂ ਨੂੰ ਲਿਆ ਵਾ ਪਿੰਜਰੇ 'ਚ ਤਾੜ ਲਿਆ, ਤਾਂ ਹੁਣ ਇਹਨਾਂ ਨੂੰ ਲੈ ਕੇ ਜਾਵਾਂਗੇ ਘਰ। ਦੋਸਤੋ, ਉਮੀਦ ਕਰਦੇ ਹਾਂ ਕਿ ਸਾਡੀ ਅੱਜ ਵੀਡੀਓ ਤੁਹਾਨੂੰ ਬਹੁਤ ਪਸੰਦ ਹੋਈ ਆਈ ਹੋਏਗੀ। ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਹੀਂ ਭੁੱਲਣਾ। ਅੱਜ ਤੱਕ ਲਈ ਇੰਨਾ, ਇਨਸ਼ਾਅੱਲਾ ਨੈਕਸਟ ਵੀਡੀਓ ਨਾਲ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।